Yeah.
ਦੌੜ ਰਹੇ ਦੌਲਤ ਦਾ ਆਪਣਾ ਸੁਭਾਅ ਉਹ ਕਿਤੇ ਟਿਕਦੀ ਨਹੀਂ
Para de que tem que... ਜਿੰਨੀ ਦੌਲਤ ਅੱਜ ਜੇਬ ਵਿੱਚ ਪਾਕਟ ਵਿੱਚ ਪਾ ਕੇ ਤੁਰੋ ਪਰਸੋਂ ਵੇਖੋਗੇ ਜੇਬ ਖਾਲੀ ਹੋਏ ਚਲੀ ਗਈ ਹੁਣ ਹੋਰ ਪਾਓ ਨਹੀਂ ਚਲਾ ਜਾਣਾ ਟਿਕਣਾ ਤੇ ਹੈ ਹੀ ਨਹੀਂ ਹੁਣ ਦੌਲਤ ਟਿਕਦੀ ਨਹੀਂ ਦੌੜ ਰਹੀ ਹੈ ਤੇ ਉਹਨੂੰ ਫੜਨ ਵਾਲਾ ਉਹਨੂੰ ਮਿਲਣ ਵਾਲਾ ਵੀ ਦੌੜ ਰਿਹਾ ਇਸ ਲਈ ਦੌੜ ਲੱਗੀ ਕਿਉਂਕਿ ਦੌੜਨ ਵਾਲੀ ਚੀਜ਼ ਨੂੰ ਮਿਲਣਾ ਚਾਹੁੰਦਾ ਇਸ ਲਈ ਮਨੁੱਖ ਨੂੰ ਵੀ ਦੌੜਨਾ ਪੈ ਰਿਹਾ ਇਹਨੇ ਬੜੇ ਸਮਾਨ ਬਣਾ ਲੈਣੇ ਦਿਨ ਰਾਤ ਭਾਵੇਂ ਕਾਰਾਂ ਤੇ ਦੌੜ ਰਿਹਾ ਭਾਵੇਂ ਹਵਾਈ ਜਹਾਜ਼ਾਂ ਤੇ ਦੌੜ ਰਿਹਾ ਆਖਰ ਤੇ ਪਦਾਰਥਵਾਦ ਦੇ ਪਿੱਛੇ ਹੀ ਦੌੜ ਰਿਹਾ ਮਨੁੱਖ ਦੀ ਦੌੜ ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ ਕਹਿਣ ਲੱਗੇ ਇਹ ਧਨ ਮੇਰੋ ਹਰ ਕੋ ਨਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰਾ ਧਾਨ ਤੇ ਛੁਪਿਓ ਨਾਮ ਧਨ ਜਿਹੜਾ ਹੈ ਉਹ ਜਿਹਦਾ ਨਾਮ ਹੈ ਉਹ ਟਿਕਾਓ ਹੈ ਇਸੇ ਲਈ ਨਾਮ ਲਈ ਟਿਕਾਓ ਚਾਹੀਦਾ ਹੈ ਤੇ ਦੌਲਤ ਲਈ ਦੌੜ ਚਾਹੀਦੀ ਦੋਵਾਂ ਨੇ ਪੜ੍ਹ ਕੇ ਇੱਥੇ ਇੱਕ ਗੱਲ ਸਾਡੇ ਸਾਹਮਣੇ ਆ ਗਈ ਬਾਬਾ ਕਬੀਰ ਕਹਿਣ ਲੱਗੇ ਹੁਣ ਮੈਨੂੰ ਪਤਾ ਲੱਗਾ ਮੇਰੇ ਕੋਲ ਕਿਹੜਾ ਧਨ ਹੈ ਜਿਹਨੇ ਮੇਰਾ ਧਾਵਣਾ ਖਤਮ ਕਰ ਦਿੱਤਾ ਦੌੜ ਖਤਮ ਕਰ ਦਿੱਤੀ ਇਹ ਧਨ ਮੇਰਾ ਹਰ ਕੋ ਨਾ ਅਗਲੀ ਲਾਈਨ ਬੜੀ ਵਿਚਾਰ ਦੀ ਮੁਹਤਾਜ ਹੈ ਦੋ ਲਫ਼ਜ਼ ਵੱਖਰੇ ਵੱਖਰੇ ਨੇ ਠੰਡਾ ਵਾਦੋ ਬੇਚਣਾ ਖਾ ਆਹ ਦੋ ਗੱਲਾਂ ਵਿਚਾਰੀਆਂ ਮੇਰੇ ਕੋਲ ਨਾਮ ਤਾਂ ਹੈ ਇਹਨੂੰ ਨਾ ਤੇ ਮੈਂ ਗੰਢ ਬਣਨਾ ਨਾ ਵੇਚ ਕੇ ਖਾਣਾ ਹੁਣ ਦੋ ਲਫ਼ਜ਼ ਜਿਹੜੇ ਨੇ ਉਹ ਬਹੁਤ ਚੰਗੀ ਤਰ੍ਹਾਂ ਸੋਚੀ ਗੰਢ ਉਹ ਬਣਦਾ ਹੈ ਜਿਹੜਾ ਸੰਭਾਲ ਕੇ ਰੱਖਦਾ ਹੋਵੇ ਪੱਕੀ ਗੰਢ ਬਣਦਾ ਹੈ ਕਿਸੇ ਕੋਲ ਨਾ ਚਲੀ ਜਾ ਜਿਹੜਾ ਗੰਢ ਬਣਦਾ ਹੈ ਨਾ ਸੰਭਾਲ ਕੇ ਰੱਖਣ ਵਾਸਤੇ ਬਣਦਾ ਕਿ ਜਾਏ ਨਾ ਆਪਾਂ ਕਹਿੰਦੇ ਕਈ ਵਾਰੀ ਗੱਲ ਵੀ ਮਨੁੱਖ ਹੁਕਮ ਵੀ ਗੰਢ ਬਣ ਲੈਂਦਾ ਕਈ ਵਾਰੀ ਕਿਸੇ ਕੰਮ ਭੇਟਦਾ ਉਹਨੂੰ ਕਹਿੰਦਾ ਇਹ ਗੱਲ ਗੰਢ ਬਣ ਲੈ ਤਾਂ ਭੁੱਲ ਨਾ ਜਾਈ ਕਿਤੇ ਜਾਏ ਨਾ ਹੁਣ ਜਿਹੜਾ ਗੰਢ ਬਣਦਾ ਹੈ ਉਹ ਲੁਕਾਉਂਦਾ ਗੰਢ ਬਣਨ ਦਾ ਮਤਲਬ ਹੀ ਛੁਪਾ ਲੈਣਾ ਕਿ ਜਾਏ ਨਾ ਕਿਸੇ ਚੋਰ ਦੀ ਨਿਗਾਹ ਨਾ ਪਏ ਕਿਸੇ ਪਾਕਟ ਮਾਰ ਦੀ ਨਿਗਾਹ ਨਾ ਪਏ ਇਸ ਲਈ ਉਹ ਗੰਢ ਬਣਦਾ ਜਾਏ ਨਾ ਕਿਤੇ ਤੇ ਵੇਚਣ ਵਾਲਾ ਉਸਦੇ ਉਲਟ ਹੁੰਦਾ ਗੰਢ ਬਣਨ ਵਾਲਾ ਛੁਪਾ ਰਿਹਾ ਵੇਚਣ ਵਾਲਾ ਵਿਖਾ ਰਿਹਾ
ਜਿਹੜਾ ਆਦਮੀ ਸ਼ੋਅ ਨਹੀਂ ਕਰਦਾ ਆਪਣੀ ਸੌਦੇ ਨੂੰ ਉਹ ਵੇਚ ਕੇ ਨਹੀਂ ਸਕਦਾ। ਜਿਹਨੇ ਵੇਚਣਾ ਉਹਨੇ ਤਾਂ ਐਡ ਵੀ ਦੇਣੀ, ਜਿਹਨੇ ਵੇਚਣਾ ਉਹਨੇ ਸ਼ੋਕੇਸ ਵਿੱਚ ਵੀ ਸ਼ੋਰੂਮ ਵਿੱਚ ਵੀ ਰੱਖਣਾ ਉੱਪਰ ਰੱਖਣਾ। ਜੇ ਪਤਾ ਉਹ ਕਿਸੇ ਨੂੰ ਵਿਖਾਏ ਨਾ ਦੱਸੇ ਨਾ ਗੰਢ ਬੰਨ ਕੇ ਰੱਖ ਲਵੇ ਵੇਚ ਸਕਦਾ। ਬਹੁਤ ਫਰਕ ਪੈਂਦਾ ਉਹ ਲਫ਼ਜ਼ ਬਾਬਾ ਕਰੀਮ ਜੀ ਕਿੱਡੇ ਚੰਗੀ ਤਰ੍ਹਾਂ ਸੋਚਣ ਵਾਲੇ ਨੇ। ਗੰਢ ਬੰਨਣ ਵਾਲਾ ਛੁਪਾ ਰਹੇ ਤੇ ਵੇਚਣ ਵਾਲਾ ਵਿਖਾ ਰਹੇ, ਲੈ ਮੇਰੇ ਕੋਲ ਆ ਸੌਦੇ ਲੈਣੇ ਦੋਵਾਂ ਦਾ ਫਰਕ। ਪਰ ਬਾਬਾ ਕਬੀਰ ਦੋਵਾਂ ਗੱਲਾਂ ਤੋਂ ਮੁਕਤ ਹੋ ਗਏ। ਕਹਿੰਦੇ ਨੇ ਮੇਰੇ ਕੋਲ ਉਹ ਦੌਲਤ ਹੈ ਜਿਹੜੀ ਨਾ ਤੇ ਮੈਂ ਛੁਪਾਉਣਾ ਕਿਉਂਕਿ ਮੈਂ ਕਿਸੇ ਨੂੰ ਦੇਣ ਲਈ ਤਿਆਰ। ਆਓ ਮੇਰਾ ਮੈਂ ਨਹੀਂ ਨਾਮ ਜਪਦਾ, ਤੁਸੀਂ ਵੀ ਜਪੋ। ਆਪ ਜਪੈ ਔਰ ਨਾਮ ਜਪਾਵੇ ਗੁਰੂ ਨੂੰ ਪਾਣੀ ਵੀ ਆਖਿਆ ਨਾ। ਕਹਿਣ ਲੱਗੇ ਹੇ ਮੇਰੇ ਮਾਲਕ ਮੈਂ ਤੇਰੇ ਕੋਲੋਂ ਨਾਮ ਦਾਨ ਮੰਗਣਾ, ਤੂੰ ਦੇਣ ਵਾਲਾ। ਜੇ ਭਲਾ ਰੱਬ ਹੀ ਜਾਂ ਗੁਰੂ ਹੀ ਮਿਲੇ ਨਾਮ ਦਾ ਖਜ਼ਾਨਾ ਉਹਦੇ ਕੋਲ ਹੋਵੇ ਤੇ ਉਹ ਗੰਢ ਬੰਨਣ ਲੈ ਕਿਸੇ ਨੂੰ ਦੇਵੇ ਹੀ ਨਾ, ਕਿਸੇ ਨੂੰ ਦੇਵੇ ਹੀ ਨਾ। ਆਪਾਂ ਸ੍ਰੀ ਆਸਣ ਦੀਵਾਰ ਦਾ ਕੀਰਤਨ ਸੁਣ ਰਿਹਾ ਜਿਹਦੇ ਵਿੱਚ ਇੱਕ ਲਫ਼ਜ਼ ਨੇ ਗੁਰੂ ਕੋਲ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤ ਗੁਰ ਪਾਸੇ ਰਾਮ ਰਾਜੇ। ਉਹਨਾਂ ਕੋਲ ਗੁਰੂ ਕੋਲ ਪਰ ਕੀ ਗੁਰੂ ਗੰਢ ਬਣ ਕੇ ਰੱਖ ਰਿਹਾ ਲੁਕਾ ਰਿਹਾ? ਸਤ ਗੁਰ ਸੱਚਾ ਸ਼ਾਹ ਹੈ ਸਿੱਖ ਦੇ ਸਿੱਖਾਂ ਨੂੰ ਦੇ ਦੇ। ਕੋਈ ਸਿੱਖ ਗੁਰੂ ਦੇ ਨੇੜੇ ਹੋਵੇ ਉਹਨੂੰ ਭਗਤੀ ਦਾ ਭੰਡਾਰਾ ਦਿੰਦਾ। ਸਿੱਖ ਦੇ ਹਰ ਰਾਸੇ ਉਹ ਜਿਹੜਾ ਹਰੀ ਦਾ ਭੰਡਾਰਾ ਹੈ ਭਗਤੀ ਦਾ ਗੁਰੂ ਕੋਲ, ਜਿਹੜਾ ਸਿੱਖ ਉਹਦੇ ਕੋਲ ਜਾਏ ਉਹਨੂੰ ਦੀ ਝੋਲੀ ਪਾ ਦਿੰਦਾ ਲੁਕਾ ਕੇ ਰੱਖਦਾ। ਇੱਕ ਸ਼ਬਦ ਬਾਬਾ ਕਬੀਰ ਜੀ ਦਾ ਵੀ ਪਹਿਲੇ ਆ ਚੁੱਕਾ ਹੈ ਜਿਹਦੇ ਵਿੱਚ ਬਾਬਾ ਕਬੀਰ ਕਹਿੰਦੇ ਨੇ ਗੁਰ ਦੀਨੀ ਵਸਤ ਕਬੀਰ ਕੋ। ਗੁਰੂ ਨੇ ਵਸਤੂ ਕਬੀਰ ਨੂੰ ਦਿੱਤੀ, ਗੁਰ ਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਲ ਆ ਲੈ ਵਸਤ ਸੰਭਾਲ ਲੈ। ਪਰ ਇੱਥੇ ਸੰਭਾਲ ਦਾ ਅਰਥ ਇਹ ਨਹੀਂ ਲੁਕਾ ਕੇ ਰੱਖ ਕਿਸੇ ਨੂੰ ਦੇਣਾ, ਇਹਦਾ ਸਪਸ਼ਟ ਕਰਤਾ ਗੀ ਲੈ ਵਿੱਚ। ਕਹਿਣ ਲੱਗੇ ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਲ। ਪਰ ਕਬੀਰ ਦਾ ਹੀ ਸੰਸਾਰ ਕੋ ਲੁਕਾ ਕੇ ਨਹੀਂ ਰੱਖੇ, ਗਾਂਠ ਨਾ ਬਾਧੋ। ਇੱਥੇ ਗਾਂਠ ਨਾ ਬਾਧੋ ਦਾ ਅਰਥ ਹੈ ਗੰਢ ਬਣ ਕੇ ਲੁਕਾ ਕੇ ਨਹੀਂ ਰੱਖਣਾ। ਕਹਿਣ ਲੱਗੇ ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਲ, ਕਬੀਰ ਲਈ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਗਾਂਠ ਨਾ ਬਾਂਧੋ ਮੈਂ ਲੁਕਾ ਕੇ ਨਹੀਂ ਰੱਖਣਾ ਛੁਪਾ ਕੇ ਨਹੀਂ ਰੱਖਣਾ ਦੇ ਦਿੰਦਾ। ਅੰਮ੍ਰਿਤ ਭਗਤ ਭੰਡਾਰ ਹੈ ਗੁਰੂ ਸਤਿਗੁਰੂ ਪਾਸੇ ਰਾਮ ਦਾ ਜੀ, ਗੁਰੂ ਸਤਿਗੁਰੂ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਾਸੇ
ਬਲਕਿ ਉਹ ਤਾਂ ਕਹਿੰਦਾ ਉਹ ਬਣਜਾਰਾ ਵੀ ਧਨ ਹੈ ਜਿਹੜਾ ਗੁਰੂ ਕੋਲੋਂ ਆ ਕੇ ਇਹ ਵਸਤੂ ਲੈ ਲੈ। ਧਨ ਤੁਹਾਨੂੰ ਬਣਜਾਰਾ ਬਣ ਜਾਏ ਗੁਰ ਸ਼ਾਹੋ ਸ਼ਾਬਾਸ਼ ਗੁਰੂ ਨੂੰ ਸ਼ਾਬਾਸ਼ ਦਿੰਦਾ ਚਲੋ ਤੂੰ ਗਾਹ ਕਿਤੇ ਬਣ ਲੈਣ ਤੇ ਆਇਆ ਹੈ ਦੇਖੋ ਮੁਕਾ ਕੇ ਗਾਂਠ ਨਾ ਬਾਧੋ ਇੱਥੇ ਗਾਂਠ ਨਾ ਬਾਧੋ ਦਾ ਅਰਥ ਇਹ ਗੰਢ ਨਹੀਂ ਪਰ ਲੁਕਾ ਕੇ ਨਹੀਂ ਰੱਖ ਤੇ ਦੂਜੇ ਪਾਸੇ ਵੇਚ ਨਾ ਖਾਓ ਤੇ ਵੇਚਣ ਵਾਲਾ ਜਿਹੜਾ ਉਹ ਵੀ ਖਾਵਾ ਕਰਦਾ ਜਿਹਨੇ ਵੇਚ ਕੇ ਖਾਣੀ ਹੁੰਦੀ ਹੈ ਚੀਜ਼ ਜਿਹਨੇ ਉਹਦਾ ਫਾਇਦਾ ਉਠਾਉਣਾ ਹੁੰਦਾ ਵੇਚਣੀ ਹੁੰਦੀ ਉਹ ਐਡ ਦਿੰਦਾ ਉਹ ਵਿਖਾਵਾ ਕਰਦਾ ਆਹ ਵੇਖੋ ਮੇਰੇ ਕੋਲ ਵਸਤੂ ਆਹ ਵੇਖੋ ਮੇਰੇ ਕੋਲ ਵਸਤੂ ਲੈ ਕਹਿਣ ਲੱਗੇ ਮੈਂ ਉਹ ਜਿਹਾ ਪਖੰਡੀ ਵੀ ਨਹੀਂ ਕਿ ਨਾਮ ਵੇਚਦਾ ਫਿਰਾਂ ਹੱਥ ਵਿੱਚ ਮਾਲਾ ਫੜ ਕੇ ਲੋਕਾਂ ਦੇ ਸਾਹਮਣੇ ਵਿਖਾਉਂਦਾ ਫਿਰਾਂ ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ ਬਾਬਾ ਕਬੀਰ ਨੇ ਆਖ ਦਿੱਤਾ ਕਬੀਰ ਜਪਣੀ ਕਾਠ ਦੀ ਕਿਆ ਦਿਖਲਾ ਬੈਂਦੋ ਇਹ ਕਾਠ ਦੀ ਤੁਲਸੀ ਦੀ ਕਾਠ ਤੋਂ ਭਾਵ ਤੁਲਸੀ ਕਿਉਂਕਿ ਤੁਲਸੀ ਦੀ ਲੱਕੜ ਤੋਂ ਉਹ ਮਾਲਾ ਬਣੀ ਜਿਹਨੂੰ ਆਪਾਂ ਤੁਲਸੀ ਦੀ ਮਾਲਾ ਬਣੀ ਕਹਿਣ ਲੱਗੇ ਕਾਠ ਦੀ ਤੁਲਸੀ ਦੀ ਮਾਲਾ ਬਣਾ ਲਈ ਹੱਥ ਵਿੱਚ ਫੜ ਲਈ ਲੋਕਾਂ ਨੂੰ ਖਾਣ ਲੱਗ ਪਿਆ ਮੈਂ ਨਾਮ ਜਪਣ ਵਾਲਾ ਨਾਮ ਤਾਂ ਵੈਗੁਰੂ ਤਾਂ ਕਹਿੰਦਾ ਹੀ ਆਖਰ ਨਾਲ ਰਾਮ ਰਾਮ ਤਾਂ ਕਹਿੰਦਾ ਹੀ ਇਹ ਤਾਂ ਹੈ ਵੀ ਨਹੀਂ ਕਹਿੰਦਾ ਪਰ ਦਿਖਾਵੇ ਲਈ ਕਹਿੰਦਾ ਇਸ ਲਈ ਕਿਉਂ ਦਿਖਾਵੇ ਲਈ ਮੈਨੂੰ ਐਡ ਦੇ ਰਿਹਾ ਮੈਨੂੰ ਦਿਖਾ ਰਿਹਾ ਕਿ ਮੇਰੇ ਕੋਲ ਹੈ ਜੇ ਲੈ ਲਓ ਜਿਹਨੇ ਵੇਚਣੀ ਉਹ ਇਹ ਕੁਝ ਕਰੇਗਾ ਅੱਜ ਨਾਮ ਵੇਚਣ ਵਾਲੇ ਬੜੇ ਡੇਰੀਆਂ ਚ ਬੈਠੇ ਦੋਨੋਂ ਚੀਜ਼ਾਂ ਬਾਬਾ ਕਬੀਰ ਜੀ ਨੇ ਦੋ ਲਫ਼ਜ਼ਾਂ ਵਿੱਚ ਕੈਸੀਆਂ ਸਮਝਾ ਦਿੱਤੀਆਂ ਨੇ ਕਹਿੰਦੇ ਨੇ ਨਾ ਤੇ ਮੈਂ ਲੁਕਾ ਕੇ ਰੱਖਣ ਵਾਲਾ ਗੰਠ ਬੰਨਣ ਵਾਲਾ ਤੇ ਨਾ ਮੈਂ ਵੇਚ ਕੇ ਖਾਣ ਵਾਲਾ ਕਿ ਮੈਂ ਵੇਚਦਾ ਫਿਰਾਂ ਨਾਮ ਦਿਖਾਵਾ ਦਿਖਾਉਂਦਾ ਫਿਰਾਂ ਥਾਂ ਥਾਂ ਸ਼ੋਕੇ ਸਾਂਝ ਰੱਖੇ ਲਓ ਲੈ ਲਓ ਮੇਰੇ ਕੋਲ ਮਾਂ ਵੇਖ ਲਓ ਮੈਂ ਨਾਮ ਜਪਣਾ ਮੇਰੇ ਕੋਲ ਨਾਮ ਹੈ ਲਫ਼ਜ਼ ਕਹਿਣ ਲੱਗੇ ਮੇਰੇ ਕੋਲ ਹੈ ਪਰ ਨਾ ਮੈਂ ਗਾਂਠ ਬੰਨਣਾ ਤੇ ਨਾ ਮੈਂ ਵੇਚ ਕੇ ਖਾਣਾ ਇਹ ਧਨ ਲਿਓ ਮੇਰੇ ਹਰ ਕੋ ਨਾ ਗਾਂਠ ਨਾ ਬਾਧੋ ਵੇਚ ਨਾ ਖਾਓ ਦੋ ਲਫ਼ਜ਼ਾਂ ਵਿੱਚ ਕਿੱਡੀ ਡੂੰਘਾਈ ਹੈ ਕਹਿਣ ਲੱਗੇ ਹੁਣ ਅਗਲੀਆਂ ਗੱਲਾਂ ਵੀ ਸੋਚਣ ਵਾਲੇ ਨੇ ਨਾ ਮੇਰੇ ਖੇਤੀ ਨਾ ਮੇਰੇ ਬਾਰੀ ਮੈਨੂੰ ਕਿਸੇ ਖੇਤੀ ਦੀ ਲੋੜ ਨਾ ਹੀ ਮੇਰੀ ਨਾਮ ਜਪਣਾ ਹੀ ਮੇਰੀ ਖੇਤੀ ਕਿਉਂਕਿ ਉਸ ਵਕਤ ਦਾ ਸਭ ਤੋਂ ਵੱਡਾ ਕਿੱਤਾ ਖੇਤੀਬਾੜੀ ਸੀ ਵੈਸੇ ਵੀ ਉੱਤਮ ਖੇਤੀ ਮੰਨਿਆ ਜਾਂਦਾ ਖੇਤੀਬਾੜੀ ਸਭ ਤੋਂ ਮੇਨ ਕਿੱਤਾ ਸੀ ਕਿਉਂਕਿ ਖੇਤੀਬਾੜੀ ਕਰਨ ਵਾਲੇ ਦੇ ਘਰ ਵਿੱਚ ਸਭ ਤੋਂ ਹੁੰਦਾ ਉਹ ਕਿਸੇ ਦਾ ਮੁਤਾਜ ਨਹੀਂ ਹੁੰਦਾ ਇਸ ਲਈ ਉਹਦੀ ਐਗਜ਼ਾਮਪਲ ਦਿੱਤੀ ਕਹਿਣ ਲੱਗੀ ਨਾਮ ਹੀ ਮੇਰੀ ਖੇਤੀ ਹੈ ਨਾਮ ਹੀ ਮੇਰੀ ਬਾੜੀ ਮੇਰੇ ਬਾਗ ਬਗੀਚੇ ਨੇ ਭਗਤ ਕਰਮ ਜਨ ਸੰਤ ਮਾਨ ਨਾ ਉਹ ਮੇਰੇ ਮਾਇਆ ਨਾ ਵੀ ਮੇਰੀ ਦੌਲਤ ਮੇਰੀ ਪੂੰਜੀ ਰਾਸ ਵੀ ਨਾਮ ਨਾ ਉਹ ਮੇਰੇ ਬੰਧਪ ਨਾ ਉਹ ਨਾ ਹੀ ਮੇਰੇ ਰਿਸ਼ਤੇਦਾਰ ਨੇ ਮੇਰੀ ਬਰਾਦਰੀ ਰਾਜ ਤੇ ਫਿਰ ਸੋਚਣਾ ਇਹਦਾ ਮਤਲਬ ਨਾਮ ਜਪਣ ਵਾਲੇ ਨੂੰ ਕੋਈ ਖੇਤੀਬਾੜੀ ਨਹੀਂ ਕਰਨੀ ਚਾਹੀਦੀ ਹਰ ਪੱਖ ਦੇਖੀ ਨਾਮ ਜਪਣ ਵਾਲੇ ਨੂੰ ਕੋਈ ਵਿਹਾਰ ਨਹੀਂ ਕਰਨਾ ਚਾਹੀਦਾ ਆਖੇ ਮੈਨੂੰ ਕੀ ਲੋੜ ਹੈ ਮੇਰਾ ਨਾਮ ਹੀ ਮੇਰਾ ਵਿਹਾਰ ਹੈ ਕਿ ਨਾਮ ਜਪਣ ਵਾਲੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ ਦੌਲਤ ਨਹੀਂ ਹੋਣੀ ਚਾਹੀਦੀ ਉਹ ਗਰੀਬ ਤੇ ਭੁੱਖਾ ਹੋਣਾ ਚਾਹੀਦਾ ਬਾਬਾ ਕਬੀਰ ਆਖ ਰਿਹਾ ਨਾ ਮੇਰੇ ਮਾਇਆ ਨਾ ਮੇਰੇ ਕਿ ਨਾਮ ਜਪਣ ਵਾਲੇ ਦਾ ਕੋਈ ਰਿਸ਼ਤੇਦਾਰ ਸੰਬੰਧੀ ਮਿੱਤਰ ਦੋਸਤ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਮਝਦਾ ਨਾਮ ਹੀ ਮੇਰਾ ਸਭ ਕੁਝ ਨਾ ਉਹ ਮੇਰੇ ਬੰਧਕ ਨਾ ਉਹ ਮੇਰੇ ਭਾਈ ਨਾ ਉਹ ਮੇਰੇ ਸੰਗਤ ਇਹਦਾ ਮਤਲਬ ਤਾਂ ਹੈ ਵੀ ਨਾਮ ਜਪਣ ਵਾਲੇ ਕੋਲ ਨਾ ਦੌਲਤ ਦੀ ਲੋੜ ਹੈ
ना उन्हें कीर्त करने की लोड़ है ते नाम जपन वाले का कोई रिश्तेदार नहीं, कोई संबंधी नहीं, कोई मित्र नहीं, कोई दोस्त नहीं, वो ये ना तो रहते हैं। बहुत देर हुई एक शब्द पढ़िया से उनके एक थोड़ा कल पता कैसा कि हर नाम हमारा भोजन छत्ती प्रकार ये दिखाइए हमको त्रिपुट भाई कहने लगे नाम ही मेरा भोजन है जेड़ा मैं खाना जित खाइए हमको त्रिपुट भाई उन्होंने बड़े क्या किया त्रिपुट भाई सच भोजन खाया मन तन रसना नाम ते आया बस ऐसे दे सहारे मैं जीवन जीवन नाम जीवन आज जब साथ सब अंदर प्रगारी बसरों आया अंदर कीर्तन हर गुंगा उठे भी लफ़्ज़ सब कि हर नाम हमारा भोजन छत्ती प्रकार की दिखाइए हमको त्रिपुट भाई अगली लाइन सी हर नाम हमारा पैनन जित फिर नंगे ना हो गई होर पैनन की हमारी शर्द गई ते मेहनत की किसी परे हो सोचियो जेड़ा एक गल लिख रहे आए गुरु कि वो भोजन नहीं सी छड़दा गुरु लिखने वाला भोजन नहीं सी छड़दा जेड़ा एक गल लिख रहे हैं वो गुरु कपड़े नहीं सी पाउंदा नगड़ रहिंदा सी नगड़ रहिण वाले नु परवाह नहीं कर रहे इंदा मतलब वो कपड़े भी पाउंदा सी गुरु दे पहने हुए चोले तो आज तक असी संभाल के रखे हुए बड़ी बड़ी स्थाना ते लोग विशेष जाते ने दर्शन करने वास्ते उत्थे क्योंकि गुरु नानक दा भैन नानकी दा हत्थां दा कढ़ाई कीता होया चोला पै डेरा बाबा नानक गुरु कपड़े भी पाउंदा सी गुरु भोजन भी छकदा सी ते जे गुरु भोजन ना छकदा हुंदा ते भोजन तो नफरत हुंदी आ लंगर प्रथा क्यों चला गया मैं ते दुनिया ने भी छकाया जरा आप नहीं छके लंगर प्रथा चला गया इस घर में कोई आवे भुखा ना जावे सारी गल हर पक्ष तो जिनी देर नहीं समझा गया उन्हें मुश्किल कह लगे उनके को दौलत होवे उनके साख संबंधी भी होन उनकी किरत कारोबार भी होवे उनके को छत्ती प्रकार के भोजन छकन की समर्था भी होवे ਉਹ ਸੋਹਣੇ ਸੋਹਣੇ ਵਸਤਰ ਵੀ ਪਹਿਨ ਸਕਦਾ ਹੋਵੇ ਇਹ ਗੱਲ ਨਹੀਂ ਵੀ ਸਭ ਕੁਝ ਛੱਡ ਦੇ ਆਖਰੀ ਲਾਈਨ ਇਸ ਗੱਲ ਦਾ ਫੈਸਲਾ ਕਰ ਗਈ ਇੱਕੋ ਲਾਈਨ ਵਿੱਚ ਕਹਿਣ ਲੱਗੇ ਹੋਵੇ ਸਭ ਕੁਝ ਪਰ ਉਹ ਸਾਰੀਆਂ ਚੀਜ਼ਾਂ ਹੁੰਦਿਆਂ ਹੋਇਆ ਉਹਦਾ ਮਨ ਨਾਮ ਨਾਲ ਜੁੜਿਆ ਹੋਵੇ ਕਹਿਣ ਲੱਗੇ ਸਾਚ ਨਾਮ ਮੇਰਾ ਮਨ ਲੱਗਦਾ ਲੋਗਣ ਸਿਉ ਮੇਰਾ ਠਾਠਾ ਬਾਕਾ ਸਾਖ ਸੰਬੰਧੀ ਹੈ ਪਰ ਮੇਰਾ ਸਾਖ ਸੰਬੰਧੀ ਕੋਈ ਹੋਰ ਹੈ ਆਖਰੀ ਲਾਈਨ ਅੰਦਰ ਬੜੀ ਖੂਬਸੂਰਤ ਗੱਲ ਆ ਦਿੱਤੀ ਕਹਿਣ ਲੱਗੀ ਮਾਇਆ ਮੈਂ ਇਸ ਰੱਖੇ ਉਦਾਸ ਮਾਇਆ ਹੋਵੇ ਦੌਲਤ ਕਾਰੋਬਾਰ ਰਿਸ਼ਤੇਦਾਰ ਸੰਬੰਧੀ ਮਿੱਤਰ ਦੋਸਤ ਸਭ ਹੋਣ ਪਰ ਫਿਰ ਉਹਨਾਂ ਵਿੱਚ ਮਨ ਖਚਤ ਨਾ ਹੋਵੇ ਮੈਂ ਤੇ ਉਹਨੂੰ ਉਹਦੀ ਢੂੰਡ ਕਰ ਰਿਹਾ ਕਹਿਣ ਲੱਗੇ ਮਾਇਆ ਮੈਂ ਜਿਸ ਰੱਖੇ ਉਦਾਸ Thank you.
जीवन विश्राम विच आ जाए तावत को तावे बहुत की वाली गल जीवन विचों निकले इन शब्दों नाल के माता जाचे खां फतेह बुलाओ वाहेगुरु जी का खालसा वाहेगुरु जी।